ਇੰਡੀਅਨ ਪ੍ਰੀਮੀਅਰ ਲੀਗ 'ਚ ਲਖਨਊ ਸੁਪਰ ਜੁਆਇੰਟਸ ਅਤੇ ਸਨਰਾਈਜ਼ਰਸ ਹੈਦਰਾਬਾਦ ਦੇ ਵਿਚਾਲੇ ਲੀਗ ਸਟੇਜ ਦਾ ਮੁਕਾਬਲਾ ਖੇਡਿਆ ਜਾਣਾ ਹੈ। ਮੈਚ ਲਖਨਊ 'ਚ ਹੋਵੇਗਾ। ਇਹ ਲਖਨਊ ਸੁਪਰ ਜੁਆਇੰਟਸ ਦਾ ਹੋਮ ਗਰਾਊਂਡ ਹੈ। ਲਖਨਊ ਸੁਪਰ ਜੁਆਇੰਟਸ ਤੇ ਸਨਰਾਈਜ਼ਰਸ ਹੈਦਰਾਬਾਦ ਪਿਛਲੇ ਸਾਲ ਲੀਗ ਸਟੇਜ 'ਚ 21 ਵਾਰ ਆਹਮੋ ਸਾਹਮਣੇ ਹੋਏ ਸਨ, ਜਿਸ 'ਚ ਲਖਨਊ ਸੁਪਰ ਜੁਆਇੰਟਸ ਨੂੰ ਜਿੱਤ ਮਿਲੀ ਸੀ। ਲਖਨਊ ਸੁਪਰ ਜੁਆਇੰਟਸ ਦਾ ਇਸ ਸੀਜ਼ਨ 'ਚ ਇਹ ਤੀਸਰਾ ਮੁਕਾਬਲਾ ਹੈ। ਟੀਮ ਨੂੰ ਇੱਕ ਮੁਕਾਬਲੇ 'ਚ ਜਿੱਤ ਅਤੇ ਇੱਕ 'ਚ ਹਾਰ ਮਿਲੀ ਹੈ। ਉਸਨੇ ਪਹਿਲੇ ਮੈਚ 'ਚ ਦਿੱਲੀ ਕੈਪੀਟਲਸ ਨੂੰ ਹਰਾਇਆ ਸੀ ਅਤੇ ਦੂਸਰੇ ਮੈਚ 'ਚ ਚੇਨਈ ਤੋਂ ਹਾਰ ਮਿਲੀ ਸੀ। ਸਨਰਾਈਜ਼ਰਸ ਹੈਦਰਾਬਾਦ ਦੀ ਟੂਰਨਾਮੈਂਟ 'ਚ ਸ਼ੁਰੂਆਤ ਚੰਗੀ ਨਹੀਂ ਰਹੀ। ਉਸਨੇ ਪਹਿਲੇ ਮੈਚ 'ਚ ਰਾਜਸਥਾਨ ਰਾਇਲਸ ਨੇ 72 ਰਨ ਨਾਲ ਹਰਾਇਆ ਸੀ। ਟੀਮ ਉਸ ਹਾਰ ਨੂੰ ਭੁੱਲ ਕੇ ਜਿੱਤ ਦਾ ਖਾਤਾ ਖੋਲ੍ਹਣਾ ਚਾਹੇਗੀ।